ਅੱਛਾ ਜੀ ਕੀ ਹਿਸਾਬ ਕਿਤਾਬ ਹੈ? ਸਰਕਾਰੀ ਮੁਲਾਜ਼ਮ ਏ, ਡੈਂਗੀ ਮੱਛਰ ਮਾਰਨ ਆਈ ਏ। ਸਾਈਕਲ ਵਾਲੇਕਮ ਅਸਲਾਮ ਜੀ, ਆਪ ਕੌਣ? ਡੈਂਗੀ ਸਰਵੇ ਕਰਨੇ ਆਈ। ਅੱਛਾ ਅੱਛਾ ਜੀ, ਤੇ ਡੈਂਗੀ ਮਾਰ ਹੀ ਦਿੰਦੇ ਹੋ ਜੀ? ਮੈਂ ਮੱਛਰ ਮਾਰ ਹੀ ਦਿੱਤੀ। ਅੱਛਾ, ਕਿਸ ਤਰ੍ਹਾਂ ਮਾਰਦੇ ਹੋ? ਸਪਰੇ ਕਰਦੇ। ਨਹੀਂ, ਜਦੋਂ ਸਪਰੇ ਜੋ ਤੁਸੀਂ ਕੀਤਾ ਹੈ, ਹਾਂ ਨਾ, ਤੇ ਮੇਰੇ ਹਿਸਾਬ ਚ ਤੇ ਇੱਕਦਮ ਮਾਰਨਾ ਨਹੀਂ ਸਹੀ। ਮਤਲਬ ਤੁਸੀਂ ਮੱਛਰ ਨੂੰ ਇੰਨਾ ਕੁ ਟਾਈਮ ਤੇ ਦਿਓ ਕਿ ਥੋੜਾ ਜਿਹਾ ਤੇ ਮੱਛਰ ਲਵੇ ਨਾ। ਮੰਨਣਾ ਤੇ ਤੈਅ ਹੀ ਉਹਦਾ, ਲਿਖਦਾ ਕਿ ਚਲੋ ਇਹ ਜੋ ਤੁਸੀਂ ਉਹਦੇ ਤੇ ਕੀਤਾ ਹੈ ਮੱਛਰ ਤੇ, ਤੇ ਚਲੋ ਜਾਂਦਿਆਂ ਜਾਂਦਿਆਂ ਕੁਛ ਤੇ ਹੱਥ ਪੈਰ ਮਾਰੇ ਨਾ। ਕਰੋ
ਅਸੀਂ ਮਾਰ ਗਏ। ਅੱਛਾ ਦੋ ਭੈਣਾਂ ਦੀ ਆਰਫ ਨੂੰ ਆਰ ਦੇ ਪਿੱਛੇ ਬਹੁਤ ਤਕਲੀਫ ਚ ਕਰਦੀਆਂ ਨੇ। ਕਿਸ ਤਰ੍ਹਾਂ? ਹੇ ਅੱਲਾ ਵਾਲਿਆਂ ਦੀ ਯੁਗਨੀ ਜੀ, ਹੇ ਮੇਰੇ ਪੀਰ ਦੀ ਯੁਗਨੀ ਜੀ, ਪਿੱਛੋਂ ਦੀ ਮਾਂ ਨਿਕਲ ਕੇ ਕਹਿੰਦੀ ਦਮ ਕੁੱਟ ਕੋ। ਚਾਚਾ ਜੀ ਚੱਲ ਮੈਂ ਲਕੀਰਾਂ ਕਰ ਓ ਤੋਬਾ
ਯਾਰ ਸਾਡਾ ਤੇਲ ਖਰਾਬ ਨਾ ਕਰ। ਲਕੀਰਾਂ ਦੇ ਚੱਕਰ ਚ ਲਕੀਰ ਤੇ ਧਿਆਨ ਨਾ ਪਵਾ, ਬਾਅਦ ਚੋਂ ਆਉਂਦਾ ਲਕੀਰ ਦਾ ਫਕੀਰ ਹੋ ਜੀ। ਮਹਿਮਾ ਓਕੇ, ਮੈਂ ਬੜਾ ਪੂਰੇ ਪਿੰਡ ਚ ਤੇਰੀ ਇੱਜ਼ਤ ਬਚ ਗਈ ਭਾਈ, ਨੇ ਮੈਨੂੰ ਪਤਾ ਲੱਗਿਆ ਖੈਰ ਨੇ ਆਪਣੇ ਆਪਣੇ ਚੱਲ ਜਾਣਾ ਤੇ ਟੋਟੇ ਫਿਰ ਕੱਲ ਤੇ ਪਾ ਦੇਈਏ ਅੰਦਰ ਆ ਤੈਨੂੰ ਮੋਬਾਈਲ ਤੇ।